ਔਰ ਇਸ ਕੋ ਉਹ ساری ਜ਼ਿੰਦਗੀ ਭੁੱਲ ਨਹੀਂ ਸਕਦੀ ਕਿਉਂ ਨਹੀਂ ਭੁੱਲ ਸਕਦੀ ਜਦੋਂ ਯਾਦ ਕਰਾਂਗੇ ਉਸੇ ਵਕਤ ਉਹ ਯਾਦਾਂ ਕੋ ਸਦਾ ਜ਼ਿੰਦਾ ਹੁੰਦੇ ਨੇ ਬੰਦਗੀ ਵਾਲੇ ਮਾਂ ਦੇ ਜ਼ਖਮੋ ਜਮ ਦੇ ਬੰਦਗੀ ਕਰਕੇ ਉਸ ਬੰਦਗੀ ਨੂੰ ਦੋਹੀ ਜਹਾਨੀ ਦੱਬਨ ਮਟੀਆਂ ਪਰ ਕੇ ਜੀਵ ਭਲਾ ਉਹ ਮਰ ਵੀ ਜਾਵਣ ਫਿਰ ਵੀ ਜ਼ਿੰਦਾ ਨੇ ਮਰ ਕੇ ਭਗਤ RAM ਆ ਫਿਰ ਸੰਭਾਲਣ ਜੋ ਕੁਝ ਜਾਣਦੇ ਤਰਿਕ ਉਹ ਸਦਾ ਜ਼ਿੰਦਾ ਹੁੰਦੇ ਨੇ ਕਿਉਂਕਿ ਉਹਨਾਂ ਦੀ ਬੰਦਗੀ ਜਿਹੜੀ ਸੀ ਇੰਨੀ ਬੰਦਗੀ ਤੇ ਇੰਨੀ ਇਬਾਦਤ ਇਹੋ ਜੀ ਸਵਰਜਿਸ ਵਕਤ ਵੀ ਯਾਦ ਕਰਨੇ ਉਸ ਵਕਤ ਜ਼ਿੰਦਾ ਹੋਣਗੇ ਕਿਉਂ ਲੋਕ ਮਰਦੇ ਨਹੀਂਗੇ ਉਹ ਖੁਦ ਰੱਬ ਨਾਲ ਮਿਲ ਗਏ ਨਹੀਂ ਤੇ ਅੱਜ ਮੈਂ ਦੇਖ ਕੇ ਬੜਾ ਅਫਸੋਸ ਹੋਇਆ ਕਿ ਉਸ ਦੁਨੀਆ ਵਿੱਚ ਨਹੀਂ ਰਹੇ ਕਿ ਮਹਾਰਾਜ ਮਾਇ ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਨਵਾਸ ਬਖਸ਼ੇ ਤੇ ਮਹਾਰਾਜ ਮੈਂ ਇਸ ਗੱਲ ਤੋਂ ਬਹੁਤ ਦਿਲ ਵਿੱਚ ਦੁੱਖ ਹੋਇਆ ਰਹੇ ਹੋ ਦੇ ਜੀ ਉਹਨਾਂ ਨੂੰ ਕਦੀ ਮਿਲੇ ਸੀ ਪਤਾ ਜੀ ਨੂੰ ਆਇਆ ਮੇਰੇ ਬੱਚੇ ਕਈ ਸ਼ਗਿਰਦ ਦੇਲੇ ਸੀ ਨੇ ਕਿਈ ਵਰੀ ਉਹਨਾਂ ਨੂੰ ਸੁਣਾਉਂਦੇ ਸਨ ਸੁਣ ਕੇ ਕਹਿੰਨਾ ਬੱਚੇ ਬਹੁਤ ਵਧੀਆ ਗਾਉਂਦੇ ਹੋ ਵੀ ਜੀ ਉਸਤਾਦ ਅਖਿਓ ਉਸਤਾਦ ਉਹਨੇ ਕਿ ਹਾਂ ਮੈਂ ਉਹਨਾਂ ਨੂੰ ਜਰੂਰ ਸੁਣਦੀ ਆ ਇਹ ਜ਼ਰੂਰ ਕਹਿੰਦੇ ਹੁੰਦੇ ਸੀ ਪਰ ਮੇਲ ਨਹੀਂ ਮੇਰਾ ਹੋਇਆ ਹਾਂਜੀ ਕਿ ਮੈਨੇ ਕਭੀ ਟੀਵੀ ਤਾਂ ਨਹੀਂ ਦੇਖਾਤਾ ਅੱਜ ਮੈਂ ਟੀਵੀ ਦੇਖਾ ਕਿ ਸੁਣਾ ਕਿ ਮੈਨੇ ਦੇਖ ਵੀ ਲਿਆ ਕਿ ਲਤਾ ਜੀ ਇਸ ਦੁਨੀਆ ਮੇ ਨਹੀਂ ਰਹੇ क्यों ऐसे शख्स जाने नहीं चाहिए क्यों कि ऐसी इबादत तो उन्होंने की थी कि जन्मों जन्मों की भी तपस्या तो है जो एक जन्म की नहीं होती है ये जन्मों जन्मों की तपस्या तो होती है एक जन्म में गाना नहीं आता तो उन्होंने ऐसा गाया कि जो हम सुन के हमारे दिल को सुकून मिलता था कई लोग ऐसे जिनको नींद नहीं आती थी बड़े बड़े डॉक्टरों ने जोर लगाया वो कह रहे लता जी का एक गाना सुन लो तो सची मुझी वो सो गए नींद गई क्योंकि ये संगीत ऐसी चीज थी कि जो जानवरों पर भी असर कर जाती उन्हों का संगीत आवाज ये नहीं भूलेगी बंदगी वाले जो है ना वो सदा ही जिंदा होते हैं कौन कहता है कि आज को मरते नहीं दफनाए जाते हैं कब्र खोद कर देख लो फिर भी जिंदा पाए जाते हैं वो सदा ही जिंदा है